ਰੱਬੀ ਯਿਸੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਜੈ ਮਸੀਹ ਦੀ। ਆਓ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ 'ਚੋਂ ਦੇਖਾਂਗੇ ਯਾਕੂਬ ਭਾਗ 2 ਪੱਖਪਾਤ। ਹੈ ਮੇਰੇ ਭਰਾਓ, ਸਾਡੇ ਪ੍ਰਤਾਪਵਾਨ ਪ੍ਰਭੂ ਯਿਸੂ ਮਸੀਹ ਦੀ ਨੇਚਾ ਨੂੰ ਕਿਸੇ ਦੇ ਪੱਖਪਾਤ ਨਾਲ ਨਾ ਰੱਖੋ, ਕਿਉਂਕਿ ਜੇ ਕੋਈ ਪੁਰਖ ਸੋਨੇ ਦੀ ਅੰਗੂਠੀ ਪਾਈ ਅਤੇ ਭੜਕੀਲੇ ਵਸਤਰ ਪਹਿਨੇ ਤੁਹਾਡੇ ਸਮਾਜ ਵਿੱਚ ਆਇਆ ਅਤੇ ਇੱਕ ਗਰੀਬ ਵੀ ਮੈਲੇ ਲੀੜੇ ਪਹਿਨੇ ਆਇਆ ਅਤੇ ਤੁਸਾਂ ਉਸ ਭੜਕੀਲੇ ਵਸਤਰਾਂ ਵਾਲੇ ਦਾ ਲਿਹਾਜ਼ ਕੀਤਾ ਅਤੇ ਉਹਨੂੰ ਆਖਿਆ, ਇੱਥੇ ਚੰਗੀ ਤਰ੍ਹਾਂ ਨਾਲ ਬਹਿ ਜਾ, ਅਤੇ ਉਸ ਗਰੀਬ ਨੂੰ ਕਿਹਾ, ਭਾਈ ਤੂੰ ਉੱਥੇ ਖੜਾ ਰਹੋ ਜਾਂ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ, ਤਾਂ ਕੀ ਤੁਸੀਂ ਆਪਣਿਆਂ ਮਨਾਂ ਵਿੱਚ ਦੁਆਈ ਪਾਪ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈ ਨਹੀਂ ਬਣੇ? ਸੁਣੋ ਹੈ ਮੇਰੇ ਭਰਾਓ, ਕਿ ਪਰਮੇਸ਼ਰ ਨੇ ਉਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਵੱਲੋਂ ਗਰੀਬ ਹਨ, ਭਾਈ ਨੇਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਿਕਾਰੀ ਹੋਣ ਜਿਹਦਾ ਵਚਨ ਉਹਨੇ ਆਪਣੇ ਪ੍ਰੇਮੀਆਂ ਨੂੰ ਦਿੱਤਾ ਸੀ? ਪਰ ਤੁਸਾਂ ਗਰੀਬ ਦੀ ਪੱਤ ਲਾ ਸੁੱਟੀ। ਭਲਾ ਧੰਨਵਾਨ ਤੁਹਾਡੇ ਨਾਲ ਹਨੇਰ ਨਹੀਂ ਕਰਦੇ ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਨਹੀਂ ਖੜਦੇ? ਭਲਾ ਇਹੋ ਨਹੀਂ ਜਿਹੜੇ ਉਸ ਉੱਤਮ ਨਾਮ ਉੱਤੇ ਜਿਸ ਤੋਂ ਤੁਸੀਂ ਸਦਾਉਂਦੇ ਹੋ ਕੁਫਰ ਬਕਦੇ ਹਨ? ਪਰ ਤਾਂ ਵੀ ਜੇ ਤੁਸੀਂ ਉਹ ਸਾਈ ਹੁਕਮ ਨੂੰ ਪੂਰਿਆਂ ਕਰਦੇ ਹੋ ਜਿਵੇਂ ਧਰਮ ਪੁਸਤਕ ਵਿੱਚ ਹੈ, ਭਾਈ ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ, ਤਾਂ ਭਲਾ ਕਰਦੇ ਹੋ? ਪਰ ਜੇ ਤੁਸੀਂ ਪੱਖਪਾਤ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਸਰਾਂ ਤੋਂ ਦੋਸ਼ੀ ਠਹਿਰਾਏ ਜਾਂਦੇ ਹੋ। ਜੇ ਕੋਈ ਸਾਰੀ ਸਰਾਂ ਦੀ ਪਾਲਣਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ, ਉਹ ਉਹਨਾਂ ਸਭਨਾਂ ਵਿੱਚ ਦੋਸ਼ੀ ਹੋਇਆ, ਕਿਉਂਕਿ ਜਿਹਨੇ ਆਖਿਆ ਭਾਈ ਜਨਾਹ ਨਾ ਕਰ, ਉਹਨੇ ਇਹ ਵੀ ਆਖਿਆ ਭਾਈ ਖੂਨ ਨਾ ਕਰ। ਸੋ ਜੇ ਤੈਂ ਜਨਾਹ ਨਾ ਕੀਤਾ ਪਰ ਖੂਨ ਕੀਤਾ ਤਾਂ ਤੂੰ ਸਰਾਂ ਦਾ ਉਲੰਘਣ ਕਰਨ ਵਾਲਾ ਹੋਇਆ। ਤੁਸੀਂ ਇਉਂ ਬੋਲੇ ਅਤੇ ਇਉਂ ਕੰਮ ਕਰੋ ਜਿਵੇਂ ਉਹ ਜਿਨ੍ਹਾਂ ਦਾ ਨਿਉਂ ਆਜ਼ਾਦੀ ਦੀ ਸਰਾਂ ਨਾਲ ਹੋਣਾ ਹੈ, ਕਿਉਂਕਿ ਜਿਹਦੇ ਦਇਆ ਨਾ ਕੀਤੀ ਉਹਦਾ ਨਿਉਂ ਦਇਆ ਤੋਂ ਬਿਨਾਂ ਕੀਤਾ ਜਾਵੇਗਾ। ਦਇਆ ਨਿਉਂ ਦੇ ਉੱਤੇ ਫਤਿਹ ਪਾਉਂਦੀ ਹੈ। ਹੈ ਮੇਰੇ ਭਰਾਓ, ਜੇ ਕੋਈ ਆਖੇ ਭਾਈ ਮੈਨੂੰ ਨੇਚਾ ਹੈ ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ? ਭਲਾ ਇਹ ਨੇਚਾ ਉਹਨੂੰ ਬਚਾ ਸਕਦੀ ਹੈ? ਜੇ ਕੋਈ ਭਾਈ ਜਾਂ ਭੈਣ ਨੰਗਾ ਅਤੇ ਰਜਵੀਂ ਰੋਟੀ ਤੋਂ ਥੁੜਿਆ ਹੋਵੇ ਅਤੇ ਤੁਸਾਂ ਵਿੱਚੋਂ ਕੋਈ ਉਹਨੂੰ ਆਖੇ ਭਾਈ ਸੁੱਖ ਸਾਂਦ ਨਾਲ ਜਾਓ, ਨਿੱਕੇ ਅਤੇ ਰੱਜੇ ਪੁੱਜੇ ਰਹੋ, ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਂਦੀਆਂ ਹਨ ਉਹ ਤੁਸਾਂ ਉਹਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ? ਇਸੇ ਪ੍ਰਕਾਰ ਨੇਚਾ ਤੋਂ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ। ਪਰ ਕੋਈ ਆਖੇਗਾ ਭਾਈ ਤੇਰੇ ਕੋਲ ਨੇਚਾ ਹੈ ਅਤੇ ਮੇਰੇ ਕੋਲ ਅਮਲ ਹਨ, ਤੂੰ ਆਪਣੀ ਨੇਚਾ ਅਮਲਾ ਬਿਨਾਂ ਮੈਨੂੰ ਵਿਖਾ ਅਤੇ ਮੈਂ ਆਪਣਿਆਂ ਅਮਲਾਂ ਨਾਲ ਤੈਨੂੰ ਆਪਣੀ ਨੇਚਾ ਵਿਖਾਵਾਂਗਾ। ਤੂੰ ਨੇਚਾ ਰੱਖਦਾ ਹੈ ਜੋ ਪਰਮੇਸ਼ਵਰ ਇੱਕੋ ਹੈ, ਇਹ ਤੂੰ ਅੱਛਾ ਕਰਦਾ ਹੈ। ਭੂਤ ਇਹੋ ਨੇਚਾ ਕਰਦੇ ਹਨ ਅਤੇ ਕੰਬਦੇ ਹਨ, ਪਰ ਹੈ ਨਿਕੰਮਿਆ ਮਨੁੱਖਾ, ਕੀ ਤੂੰ ਇਹ ਜਾਣਨਾ ਚਾਹੁੰਦਾ ਹੈ ਭਾਈ ਅਮਲਾ ਬਾਜੋ ਨੇਚਾ ਆਕਰਸ਼ਤ ਹੈ?
ਕਿ ਸਾਡਾ ਪਿਤਾ ਅਬਰਾਹਮ ਅਮਲਾਂ ਨਾਲ ਧਰਮੀ ਨਹੀਂ ਠਹਿਰਾਇਆ ਗਿਆ? ਜਦੋਂ ਉਹਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਝਾੜ ਦਿੱਤਾ, ਤੂੰ ਵੇਖਦਾ ਹੈ ਭਾਈ, ਨੇਚਾ ਉਹਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨੇਚਾ ਸੰਪੂਰਨ ਹੋਈ, ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ। ਭਾਈ ਅਬਰਾਹਮ ਨੇ ਪਰਮੇਸ਼ਰ ਦੀ ਪ੍ਰਤੀਤ ਕੀਤੀ, ਇਹ ਉਹਦੇ ਲਈ ਧਰਮ ਗਿਣੀ ਗਈ, ਉਹ ਪਰਮੇਸ਼ਰ ਦਾ ਮਿੱਤਰ ਸਦਾਇਆ। ਤੁਸੀਂ ਵੇਖਦੇ ਹੋ ਭਾਈ, ਮਨੁੱਖ ਨਿਰੀ ਨੇਚਾ ਨਾਲ ਹੀ ਨਹੀਂ ਸਗੋਂ ਅਮਲਾਂ ਨਾਲ ਧਰਮੀ ਠਹਿਰਾਇਆ ਜਾਂਦਾ ਹੈ, ਅਤੇ ਉਸ ਪ੍ਰਕਾਰ ਕੀ ਰਹਾਬ ਵੇਸਵਾ ਵੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ। ਜਦੋਂ ਉਹਨੇ ਹਲਕਾਰੀਆਂ ਨੂੰ ਘਰ ਉਤਾਰਿਆ ਅਤੇ ਉਹਨਾਂ ਨੂੰ ਦੂਏ ਰਾਹ ਥਾਣੀ ਤੋਰ ਦਿੱਤਾ, ਜਿਕਰ ਆਤਮਾ ਬਾਜੋ ਸਰੀਰ ਮੁਰਦਾ ਹੈ, ਤਿਕਰ ਹੀ ਅਮਲਾ ਬਾਜੋ ਨੇਚਾ। ਹਾਲੇਲੂਯਾ। ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਇਸ ਪੜ੍ਹੇ ਗਏ ਵਚਨ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ। ਆਮੀਨ।